इन्ना पता है कि पिंड मीरोवाल दे विच मुसलमान सिख हिंदू रहिंदे सन। ये असीं तुहानूं अंदरों भी दिखाने हां। ये छोटी इट दा काम होया बिल्कुल बरीक इट जिस तरह टाइल है। अस्सलाम वालेकुम, सत श्री अकाल। मैं हाँ नज़र बुबक ते मेरे नाल इमरान शहजाद ते हसन बुबक। वीरो तुसी देख रहे हो पंजाबी सांझ टीवी। ते असी अज आए सीगे पिंड मीरोवाल, तहसील मुरीद के, ज़िला शेखुपुरा। ते सानू है एक मंदिर नज़र आया, असी आखिया चलो इहदी वीडियो भरदे हां। तो सानू इत्थे कोई मिलिया तो नहीं इस पिंड दा वासी, असी ये दे बारे इन्ना जानते तो नहीं, लेकिन असी तुहानू दिखा सकते हैं। इन्ना पता है कि पिंड मीरोवाल दे विच मुसलमान सिख हिंदू रहिंदे सन। ते इस पिंड दे विच दरबार शरीफ भी है ने। ते गुरुद्वारा साहब भी है वे, ते मस्जिदां भी है ने, ते ए मंदिर है पिंडों बार बार। ए सामने पिंड मीरोवाल, ए नाल बोर्ड दा दरख्त है काफ़ी पुराना, ए तुसी देख सकते हो। ये असीं तुहानूं अंदरों भी दिखाने हां। ये छोटी इट दा काम होया बिल्कुल बरीक इट जिस तरह टाइल है। ए अंदर वाला हिस्सा है, इत मूर्तियां पियां होंदियां सन ए जगह ते सामने, जिन्हें तुम्हें बारियां नजर आ रही ने। ਇਹ ਵਾਲੀ ਵੀ ਡਿਜ਼ਾਈਨਿੰਗ ਬਣੀ ਹੈ ਜਿੱਥੇ ਮੇਰੀ ਤੁਹਾਨੂੰ ਫਿੰਗਰ ਨਜ਼ਰ ਆ ਰਹੀ ਹੈ। ਇਹ ਉੱਪਰ ਵਾਲੀ ਛੱਤ ਹੈ। ਇਮਰਾਨ ਹੈ, ਇਹ ਵੀ ਬਾਰੀ ਹੈ, ਇੱਧਰ ਵੀ ਬਾਰੀਆਂ ਬਣੀਆਂ ਨੇ। ਇਹ ਕੁਛ ਲਿਖਿਆ ਸੀ, ਇਹ ਖਤਮ ਹੋ ਗਿਆ ਹੌਲੀ ਹੌਲੀ। ਇਹ ਉਸ ਟਾਈਮ ਦੀ ਪੇਂਟਿੰਗ ਹੋਈ ਸਾਹਮਣੇ, ਦੋਨਾਂ ਸਾਈਡਾਂ 'ਤੇ ਤੁਸੀਂ ਦੇਖ ਸਕਦੇ ਹੋ। ਬਿਲਕੁਲ ਛੋਟੀ ਇੱਟ ਦਾ ਬਣਿਆ। ਹੁਣ ਅਸੀਂ ਤੁਹਾਨੂੰ ਬਾਹਰ ਵਾਲਾ ਹਿੱਸਾ ਦਿਖਾਉਂਦੇ ਹਾਂ। ਉਹਦੇ ਬਾਹਰ ਹੈ ਬਿਲਕੁਲ ਬੋਰਡ ਹੈ, ਅਤੇ ਜਿਸ ਤਰ੍ਹਾਂ ਭਰਤੀ ਪਈ ਹੈ ਮੇਰੇ ਜ਼ਿਹਨ ਦੇ ਮੁਤਾਬਿਕ ਇਹ ਸਾਰਾ ਇਹਦਾ ਥੜਾ ਸੀ। ਇਹ ਦੇਖੋ ਕਿਉਂਕਿ ਮੈਂ ਤਾਂ ਇਹਨਾਂ 'ਤੇ ਕੁਛ ਜਾਣਦਾ ਨਹੀਂ ਇਹਦੇ ਬਾਰੇ, ਇੱਥੇ ਕੋਈ ਮਿਲਦਾ ਫਿਰ ਉਹਨੂੰ ਪੁੱਛਦੇ ਕਿ ਇਹ ਕਦੋਂ ਦਾ ਬਣਿਆ ਹੈ। ਇਹ ਨਾਲ ਇਹਦੇ ਪਿੱਪਲ, ਇਹ ਤਲਾਅ ਪਾਣੀ ਵਾਲਾ। ਇਹ ਬਾਰ ਬਾਰ ਵੀ ਡਿਜ਼ਾਇਨਿੰਗ ਬਣੀ ਹੈ। ਇਹ ਦੇਖੋ ਜਿੱਥੇ ਮੇਰੀ ਉਂਗਲ ਹੈ ਇਹਦੇ ਨਾਲ ਨਾਲ, ਕਾਫੀ ਉੱਚਾ ਹੈ। ਤੁਹਾਨੂੰ ਅਸੀਂ ਸਾਈਡਾਂ ਤੋਂ ਵੀ ਦਿਖਾਉਂਦੇ ਹਾਂ। ਤਿੰਨਾਂ ਸਾਈਡਾਂ 'ਤੇ ਡਿਜ਼ਾਇਨਿੰਗ ਬਣੀ ਹੈ। ਇਹ ਸਾਹਮਣੇ
ਇੱਥੇ ਜਿਹੜੇ ਹਿੰਦੂ ਰਹਿੰਦੇ ਸਨ ਪਿੰਡ ਮੀਰੋਵਾਲ ਦੇ ਵਿੱਚ, ਉਹ ਇੱਥੇ ਇਬਾਦਤ ਆਪਣੀ ਕਰਦੇ ਸਨ। ਇਹ ਸਾਹਮਣੇ ਪਿੰਡ ਮੀਰੋਵਾਲ, ਇਹ ਉਸ ਟਾਈਮ ਦਾ ਹੀ ਜਾਂ ਸ਼ਾਇਦ ਉਸ ਤੋਂ ਬਾਅਦ ਲੱਗਦਾ, ਤਾਂ ਕਾਫੀ ਪੁਰਾਣਾ ਹੀ ਹੈ ਬੋਰਡ। ਇਹ ਅੱਜ ਵੀ ਡਿਜ਼ਾਈਨਿੰਗ ਕਿੱਡੀ ਇਹਦੀ ਪਿਆਰੀ ਹੈ। ਇਹ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ। ਇਸ ਪਿੰਡ ਦੇ ਵਿੱਚ ਸਾਡੇ ਮੁਸਲਮਾਨਾਂ ਦੀਆਂ ਮਸਜਿਦਾਂ ਵੀ ਬਹੁਤ ਪਿਆਰੀਆਂ ਨੇ, ਉਹ ਵੀ ਪੁਰਾਣੀਆਂ ਨੇ, ਉਹਨਾਂ ਦਾ ਕੰਮ ਹੋ ਰਿਹਾ ਸੀ। ਅਤੇ ਇੱਥੇ ਗੁਰਦੁਆਰਾ ਸਾਹਿਬ ਵੀ ਹੈ। ਇਹ ਸ਼ਾਇਦ ਇੱਥੇ ਛੱਤ ਹੋਵੇ ਇਸ ਤਰ੍ਹਾਂ, ਹੁਣ ਤਾਂ ਟੁੱਟ ਗਿਆ, ਕਾਫੀ ਇਹਦੀ ਬੁਰੀ ਹਾਲਤ ਹੈ। ਇਹ ਦੇਖੋ ਪੁਰਾਣੀ ਇੱਟ ਦਾ ਕੰਮ ਹੋਇਆ, ਡਾਟ ਲਗਾ ਕੇ ਬੜੀ ਮਿਹਨਤ ਨਾਲ ਕੰਮ ਕੀਤਾ ਗਿਆ।